ਬੱਚਿਆਂ ਨੂੰ ਗਿਆਨ ਦਾ ਪ੍ਰਕਾਸ਼ ਪਾਣਾ ਬਹੁਤ ਅੱਛਾ ਅਦਭੁਤ ਮੌਕਾ ਮਿਲਿਆ ਭਗਵਾਨ ਸ਼ਿਵ ਦਾ ਵਿਵਾਹ ਇੰਨੀ ਭਵਿਅਤਾ ਦੇ ਨਾਲ ਵਿਆਪਕ ਸਤਰ 'ਤੇ ਢਾਕ ਖੜੀਕਾ ਮਨਾਇਆ ਜਾ ਰਿਹਾ ਬੜੀ ਸ਼ਰਧਾ ਦੇ ਨਾਲ ਇਸ ਕਾਰਜਕ੍ਰਮ ਦੇ ਅੰਦਰ ਸ਼ਰਧਾਲੂ ਪਹੁੰਚੇ ਨੇ ਔਰ ਮੈਨੂੰ ਮੌਕਾ ਮਿਲਿਆ ਪੂਜਾ ਕਰਨ ਦਾ ਮੈਂ ਸਮਝਦਾ ਮੈਂ ਭਾਗਸ਼ਾਲੀ ਹਾਂ ਕਿਉਂਕਿ ਭਗਵਾਨ ਸ਼ਿਵ ਅਮਰ ਹੈ ਅਜਰ ਹੈ ਸ਼ਿਵ ਹਰ ਔਰ ਹੈ ਔਰ ਭਗਵਾਨ ਸ਼ਿਵ ਦਾ ਆਸ਼ੀਰਵਾਦ ਅੱਜ ਇੱਥੇ ਮਿਲਿਆ ਮੈਂ ਉਹਨਾਂ ਕੇ ਪ੍ਰਾਰਥਨਾ ਕਰਨਾ ਦੇਸ਼ ਦੇ ਅੰਦਰ ਧਰਮ ਦੀ ਜੈ ਹੋਊ ਮਾਨਵਤਾ ਦਾ ਕਲਿਆਣ ਹੋਏ ਔਰ ਭਾਰਤ ਮਾਤਾ ਵਿਸ਼ਵ ਗੁਰੂ ਦੇ ਸਿੰਘਾਸਨ ਤੇ ਬਹੁਤ ਅੱਛਾ ਅਦਭੁਤ ਮੌਕਾ ਮਿਲਿਆ ਭਗਵਾਨ ਸ਼ਿਵ ਦਾ ਵਿਵਾਹ ਇੰਨੀ ਭਵਿਅਤਾ ਦੇ ਨਾਲ ਵਿਆਪਕ ਸਤਰ 'ਤੇ ਢਾਕ ਖੜੀਕਾ ਮਨਾਇਆ ਜਾ ਰਿਹਾ ਬੜੀ ਸ਼ਰਧਾ ਦੇ ਨਾਲ ਇਸ ਕਾਰਜਕ੍ਰਮ ਦੇ ਅੰਦਰ ਸ਼ਰਧਾਲੂ ਪਹੁੰਚੇ ਨੇ ਔਰ ਮੈਨੂੰ ਮੌਕਾ ਮਿਲਿਆ ਪੂਜਾ ਕਰਨ ਦਾ ਮੈਂ ਸਮਝਦਾ ਮੈਂ ਭਾਗਸ਼ਾਲੀ ਹਾਂ ਕਿਉਂਕਿ ਭਗਵਾਨ ਸ਼ਿਵ ਅਮਰ ਹੈ ਅਜਰ ਹੈ ਸ਼ਿਵ ਹਰ ਔਰ ਹੈ ਔਰ ਭਗਵਾਨ ਸ਼ਿਵ ਦਾ ਆਸ਼ੀਰਵਾਦ ਅੱਜ ਇੱਥੇ ਮਿਲਿਆ ਮੈਂ ਉਹਨਾਂ ਕੇ ਪ੍ਰਾਰਥਨਾ ਕਰਨਾ ਦੇਸ਼ ਦੇ ਅੰਦਰ ਧਰਮ ਦੀ ਜੈ ਹੋਊ ਮਾਨਵਤਾ ਦਾ ਕਲਿਆਣ ਹੋਏ ਔਰ ਭਾਰਤ ਮਾਤਾ ਵਿਸ਼ਵ ਗੁਰੂ ਦੇ ਸਿੰਘਾਸਨ ਤੇ ਬਹੁਤ ਅੱਛਾ ਅਦਭੁਤ ਮੌਕਾ ਮਿਲਿਆ ਭਗਵਾਨ ਸ਼ਿਵ ਦਾ ਵਿਵਾਹ ਇੰਨੀ ਭਵਿਅਤਾ ਦੇ ਨਾਲ ਵਿਆਪਕ ਸਤਰ 'ਤੇ ਢਾਕ ਖੜੀਕਾ ਮਨਾਇਆ ਜਾ ਰਿਹਾ ਬੜੀ ਸ਼ਰਧਾ ਦੇ ਨਾਲ ਇਸ ਕਾਰਜਕ੍ਰਮ ਦੇ ਅੰਦਰ ਸ਼ਰਧਾਲੂ ਪਹੁੰਚੇ ਨੇ ਔਰ ਮੈਨੂੰ ਮੌਕਾ ਮਿਲਿਆ ਪੂਜਾ ਕਰਨ ਦਾ ਮੈਂ ਸਮਝਦਾ ਮੈਂ ਭਾਗਸ਼ਾਲੀ ਹਾਂ ਕਿਉਂਕਿ ਭਗਵਾਨ ਸ਼ਿਵ ਅਮਰ ਹੈ ਅਜਰ ਹੈ ਸ਼ਿਵ ਹਰ ਔਰ ਹੈ ਔਰ ਭਗਵਾਨ ਸ਼ਿਵ ਦਾ ਆਸ਼ੀਰਵਾਦ ਅੱਜ ਇੱਥੇ ਮਿਲਿਆ ਮੈਂ ਉਹਨਾਂ ਕੇ ਪ੍ਰਾਰਥਨਾ ਕਰਨਾ ਦੇਸ਼ ਦੇ ਅੰਦਰ ਧਰਮ ਦੀ ਜੈ ਹੋਊ ਮਾਨਵਤਾ ਦਾ ਕਲਿਆਣ ਹੋਏ ਔਰ ਭਾਰਤ ਮਾਤਾ ਵਿਸ਼ਵ ਗੁਰੂ ਦੇ ਸਿੰਘਾਸਨ ਤੇ ਦੇਸ਼ ਦੁਨੀਆ ਕੀ ਹਰ ਖਬਰ ਸਬਸੇ ਪਹਿਲੇ ਦੇਖਨੇ ਕੇ ਲਿਏ ਫੋਲੋ ਕਰੇ ਦੈਨਿਕ ਸਵੇਰਾ ਟੀਵੀ ਯੂਟਿਊਬ ਫੇਸਬੁੱਕ ਇੰਸਟਾਗ੍ਰਾਮ ਐਕਸ ਔਰ ਵਟਸਐਪ ਚੈਨਲ ਪਰ।